ਸੁਣਿਆ ਹੁਣੇ ਇੱਥੇ ਵੀ ਬਹੁਤ ਵੱਡੀ ਦੁਰਘਟਨਾ ਹੋਈ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਤਰਨ ਤਾਰਨ, ਥੱਲੇ ਸੰਗਤ ਬਹੁਤ ਫਸ ਗਈ ਆ ਲੈਂਟਰ ਡਿੱਗਣ। ਹਾਂਜੀ ਸੰਗਤ ਜੀ, ਜਿਹੜੀ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਸਕਰੀਨ 'ਤੇ, ਹੁਣ ਦੀ ਜਿਹੜੀ ਕੱਲ੍ਹ ਦੀ ਖਬਰ ਜਿਹੜੀ ਚੱਲ ਰਹੀ ਹੈ, ਬੜਾ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਪਿੰਡ ਸੰਗਤਪੁਰ ਜ਼ਿਲ੍ਹਾ ਤਰਨ ਤਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਲੈਂਟਰ ਪਿਆ। 70-80 ਫੁੱਟ ਸਕੇਅਰ ਫੁੱਟ ਜਿਹੜਾ ਹੈ ਲੈਂਟਰ ਜਿਹੜਾ ਪਿਆ, ਅਤੇ ਬੜਾ ਲੈਂਟਰ ਵੀ ਬੜੀ ਵੱਡੀ ਗਿਣਤੀ ਵਿੱਚ ਲੈਂਟਰ ਸੀ ਜਿਹੜਾ, ਅਤੇ ਪਿਆਰੇ ਉਹ ਹਾਦਸਾ ਐਡਾ ਤਕੜਾ ਵਾਪਰ ਗਿਆ, ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਪਤਾ ਨਹੀਂ ਕਿੰਨੇ ਫੁੱਟ ਜਿਹੜਾ ਲੈਂਟਰ ਪਿਆ, ਅਤੇ ਸਾਰੇ ਦਾ ਸਾਰਾ ਜਿਹੜਾ ਲੈਂਟਰ ਹੈ ਉਹ ਡਿੱਗ ਗਿਆ, ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਪਿੰਡ ਸੰਗਤਪੁਰ, ਕਿਉਂਕਿ ਇਤਿਹਾਸਕ ਲੱਗਦਾ ਗੁਰੂ ਘਰ ਹੈ, ਅਤੇ ਸੰਗਤ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਬੜੀ ਸੇਵਾ ਕਰਨ ਵਾਸਤੇ ਇੱਥੇ ਆਈ ਸੀ ਲੈਂਟਰ ਪਾਉਣ ਵਾਸਤੇ। ਲੰਗਰ ਹਾਲ ਦਾ ਇਹ ਲੈਂਟਰ ਜਿਹੜਾ ਉਹ ਪੈ ਰਿਹਾ ਸੀ, ਅਤੇ ਪਤਾ ਨਹੀਂ ਕੀ ਕਾਰਨ ਬਣੇ ਆ, ਜਾਂ ਢੋਲੇ ਦੇ ਵਿੱਚ ਕੋਈ ਕਮੀ ਰਹਿ ਗਈ, ਜਾਂ ਮਿਸਤਰੀਆਂ ਦੇ ਕੋਲ ਕੋਈ ਕਮੀ ਰਹਿ ਗਈ, ਅਤੇ ਜਿਹਦੇ ਕਾਰਨ ਪਿਆਰੇ ਉਹ ਇਹ ਲੈਂਟਰ ਜਿਹੜਾ ਗਿਰ ਗਿਆ, ਅਤੇ ਬੜੀ ਵੱਡੀ ਘਟਨਾ ਜਿਹੜੀ ਹੈ ਇਹ ਵਾਪਰ ਗਈ ਹੈ। ਪਤਾ ਨਹੀਂ ਕਿੰਨੇ ਕੁ ਜੀ, ਕਿੰਨੇ ਕੁ ਲੋਕ, ਕਿੰਨੇ ਕੁ ਪ੍ਰਾਣੀ ਇਸ ਲੈਂਟਰ ਦੇ ਥੱਲੇ, ਛੱਤ ਦੇ ਹੇਠ ਥੱਲੇ, ਇਸ ਢੋਲੇ ਦੇ ਥੱਲੇ ਆ ਗਏ ਹਨ। ਬੜਾ ਮਾੜਾ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ ਪਿਆਰਿਓ। ਇੱਕ ਬੇਨਤੀ ਸੰਗਤ ਨੂੰ, ਵੀਡੀਓ ਜ਼ਰੂਰ ਸ਼ੇਅਰ ਕਰਿਓ, ਖਾਸ ਕਰਕੇ ਜ਼ਿਲ੍ਹਾ ਤਰਨ ਤਾਰਨ ਦੇ ਇਲਾਕੇ ਦੇ ਲੋਕ ਜਾਂ ਜਿਹੜੇ ਇਸ ਗੁਰੂ ਘਰ ਦੇ ਵਿੱਚ ਆਉਂਦੇ ਨੇ, ਕਿਉਂਕਿ ਵੀਡੀਓ ਪ੍ਰਸ਼ਾਸਨ ਤੱਕ ਸੰਗਤ ਤੱਕ ਇਹ ਜਾਵੇ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਸੰਗਤ ਨੂੰ ਜਿਹੜੀ ਮਦਦ ਜਿਹੜੀ ਉੱਥੇ ਮਿਲ ਸਕੇ, ਕਿਉਂਕਿ ਐਡਾ ਵੱਡਾ ਭਾਰ ਆ ਜਿਹੜਾ ਢੁੱਲਾ ਉਹ ਡਿੱਗਿਆ, ਐਡਾ ਪਇਆ ਪਵਾਇਆ ਲੈਂਟਰ ਜਿਹੜਾ ਹੈ, ਕਣਾਂ ਦੇ ਤਨ ਜਿਹੜੇ ਨੇ ਪਤਾ ਨਹੀਂ ਕਿੰਨਾ ਕੁ ਸਰੀਏ ਦਾ ਵਜ਼ਨ, ਸਿਮਟ ਰੇਤਾ ਬਜਰੀ ਦਾ ਵਜ਼ਨ, ਗਾਰਡਰ ਬੱਲੀਆਂ ਚਾਦਰਾਂ ਪਲੇਟਾਂ ਉਹਨਾਂ ਦਾ ਜਿਹੜਾ ਵਜ਼ਨ ਹੈ, ਇਹਦੇ ਵਿੱਚ ਹੁਣ ਕਿੰਨੇ ਕੁ ਨੌਜਵਾਨ ਬੀਬੀਆਂ ਭੈਣਾਂ ਬੱਚੇ ਜਿਹੜੇ ਘਾਇਲ ਜ਼ਖਮੀ ਹੋਏ ਹੋਣੇ ਨੇ, ਜਾਂ ਕਿੰਨੇ ਕੁ ਰੱਬ ਨਾ ਕਰੇ ਅਕਾਲ ਚਲਾਣਾ ਕਰ ਗਏ, ਜਾਂ ਥੱਲੇ ਆ ਕੇ ਦੱਬ ਗਏ, ਸਾਹ ਘੁੱਟ ਗਏ, ਜਾਂ ਕੋਈ ਵੀ ਕਿਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ। ਅਤੇ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਭੱਜਾ ਦੌੜੀ ਜਿਹੜੀ ਮੱਚੀ ਹੋਈ ਹੈ, ਸਾਰੇ ਦਾ ਸਾਰਾ ਲੈਂਟਰ ਕਹਿੰਦੇ ਜੋ ਪੈ ਚੁੱਕਿਆ ਸੀ, ਲੈਂਟਰ ਪੈ ਚੁੱਕਿਆ ਸੀ, ਬਾਅਦ ਵਿੱਚ ਡਿੱਗਿਆ। ਸੋ ਬੜੀ ਦਰਦਨਾਕ ਘਟਨਾ ਜਿਹੜੀ ਹੈ ਇਹ ਵਾਪਰੀ ਹੈ, ਅਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤਾਂ ਕਿ ਸੰਗਤ ਨੂੰ ਹੈਲਪ ਜਿਹੜੀ ਮਦਦ ਮਿਲ ਸਕੇ। ਗੁਰੂ ਨਾਨਕ ਨਾਮ ਲੇਵਾ, ਬੜੇ ਪਿਆਰ ਵਾਲੀਆਂ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਇੱਥੇ ਜੋ ਪਹੁੰਚੀਆਂ ਸੀ ਸੇਵਾ ਕਰਨ ਵਾਸਤੇ, ਅਤੇ ਪਤਾ ਨਹੀਂ ਸੀ ਪਿਆਰਿਓ ਕਿ ਦੇਖੋ ਆਏ ਤਾਂ ਗੁਰੂ ਦੀ ਸੇਵਾ ਵਿੱਚ ਨੇ, ਪਤਾ ਨਹੀਂ ਕੋਈ ਕਮੀ ਰਹੇਗੀ ਜਾਂ ਕੀ ਕਰੋਪੀ ਹੋਊਗੀ ਜਾਂ ਕੋਈ ਘਾਟਵਾਦ ਰਹੇਗੀ, ਜਿਸ ਕਰਕੇ ਇਹ ਲੈਂਟਰ ਦਾ ਜਿਹੜਾ ਢੁੱਲਾ ਪਇਆ ਪਵਾਇਆ ਲੈਂਟਰ ਜਿਹੜਾ ਹੈ, ਪਤਾ ਨਹੀਂ ਕਿੰਨੇ ਗੱਜ ਜਿਹੜਾ ਇਹ ਲੈਂਟਰ ਜਿਹੜਾ ਕਿੰਨੇ ਏਰੀਏ ਦਾ ਲੈਂਟਰ ਪਿਆ ਹੋਣਾ,
ਅਤੇ ਜਿਹੜਾ ਸਾਰੇ ਦਾ ਸਾਰਾ ਇਹ ਡਿੱਗ ਗਿਆ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕਿਵੇਂ ਹਫੜਾ ਦਫੜੀ ਜਿਹੜੀ ਮੱਚ ਰਹੀ ਹੈ। ਕਿਉਂਕਿ ਪ੍ਰਸ਼ਾਸਨ ਨੂੰ, ਨਗਰ ਨੂੰ, ਗੁਰਦੁਆਰਾ ਸਾਹਿਬ ਨੂੰ, ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸੋ ਬੜੀ ਦੁਖਦਾਈ ਘਟਨਾ ਜਿਹੜੀ ਹੈ ਗੁਰੂ ਪਿਆਰੇ ਉਹ ਵਾਪਰੀ ਹੈ। ਬੇਨਤੀ ਹੈ ਸੰਗਤ ਨੂੰ, ਵੀਡੀਓ ਜਿਹੜੇ ਵੀ ਵੀਰ ਦੇਖ ਰਹੇ ਨੇ ਸਾਰੇ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਖਾਸ ਕਰਕੇ ਤਰਨ ਤਾਰਨ ਜ਼ਿਲ੍ਹਾ ਦੇ ਲੋਕ ਜਿਹੜੇ ਨੇ, ਪਿੰਡ ਸੰਗਤਪੁਰ ਜਾਂ ਹੋਰ ਵੀ ਜਿਹੜੀ ਸੰਗਤ ਆ ਜਿਹੜੀ, ਉਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਹ ਹੈਲਪ ਜਿਹੜੀ ਮਦਦ ਉਹ ਮਿਲ ਸਕੇ। ਕਿਉਂਕਿ ਬੜੀ ਵੱਡੀ ਘਟਨਾ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਵਾਪਰ ਗਈ ਹੈ। ਲੈਂਟਰ ਡਿੱਗਣ ਦੇ ਕਾਰਨ ਕਿੰਨੇ ਲੋਕ ਜ਼ਖਮੀ ਹੋ ਗਏ, ਕਿੰਨੇ ਥੱਲੇ ਆ ਗਏ, ਹਜੇ ਬਾਅਦ ਵਿੱਚ ਪਤਾ ਲੱਗਣਾ। ਸੋ ਤਾਜ਼ੀ ਘਟਨਾ ਹੈ, ਸੋ ਸ਼ੇਅਰ ਕਰ ਦਿਓ ਤਾਂ ਕਿ ਸੰਗਤ ਨੂੰ ਹੈਲਪ ਮਦਦ ਮਿਲ ਸਕੇ। ਸੋ ਮਹਾਰਾਜ ਅੱਗੇ ਅਰਦਾਸ ਬੇਨਤੀ ਵੀ ਇਸ ਸੰਗਤ ਵਾਸਤੇ, ਸਾਰੇ ਆਪਣੇ ਘਰਾਂ ਵਿੱਚ ਗੁਰਬਾਣੀ ਦਾ ਪਾਠ, ਚੌਪਈ ਸਾਹਿਬ ਦੇ ਪਾਠ, ਰੱਖਿਆ ਦੇ ਸ਼ਬਦ ਕਰਿਓ ਤਾਂ ਕਿ ਜੋ ਇਹਨਾਂ ਨੂੰ ਸਹਾਇਕ ਹੋਵੇ, ਸਤਿਗੁਰ ਭਲਾ ਕਰੇ, ਸਾਰਿਆਂ ਦਾ ਬਚਾਅ ਹੋ ਜਾਵੇ। ਵੀਡੀਓ ਕਰਿਓ ਸ਼ੇਅਰ, ਚੈਨਲ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।